ਹੈਗਾ ਵਾ ਕੀ ਮਸਲਾ ਕੀ ਆ ਕੋਈ ਗੱਲ ਤਾਂ ਦੱਸੋ ਸਾਨੂੰ ਭਾਜੀ ਇਹ ਕੁੜੀ ਸਵੇਰ ਦੀ ਲੈ ਕੇ ਭੱਜਾ ਆ ਸਾਡੀ ਹੈ ਹਾਂ ਇਹਨੂੰ ਸਵੇਰ ਦੇ ਲੱਭਣ ਡਏ ਆ ਅੱਛਾ ਇਹ ਸਵੇਰ ਦਾ ਸਾਨੂੰ ਲੱਭਣ ਨਹੀਂ ਰਿਹਾ ਹੈ ਹੈਗਾ ਵਾ ਕਾਲਾ ਸੰਗਿਆ ਮੁੰਡਾ ਪਤਾ ਨਹੀਂ ਹੁਣ ਹੈਗਾ ਕਿ ਨਹੀਂ ਹੈਗਾ ਅੱਛਾ ਇਹ ਮਾਰਿਆ ਕਿਹਨੇ ਆ ਕਿੱਥੋਂ ਆ ਕਿਹੜੀ ਜਗ੍ਹਾ ਤੋਂ ਇਹ ਹੈਂ ਦੁਆ ਮਸਲਾ ਜਿਹੜਾ ਕਾਲਾ ਸੰਗਿਆ ਮਹਾਰਾਜ ਬਾਬੂ ਕੀ ਹਾਲ ਚਾਲ ਯਾਰ ਕੀਤਾ ਫੋਨ ਫਾਨ ਪੁਲਿਸ ਨੂੰ ਕਿ ਪਤਾ ਨੀ ਅਜੇ ਹੈ ਕੌਣ ਹੈ ਮਤਲਬ ਆਪਣੇ ਕੋਲ ਨੂੰ ਨਹੀਂ ਨੋਨ ਤਾਂ ਨਹੀਂ ਹੈਗੇ ਇਹ ਤਾਂ ਹੁਣ ਬਾਬੇ ਹੋ ਗਿਆ ਵਾ ਕੱਲ ਉਹ ਕੋ ਜਾ ਜਾਂਦੀ ਹੋ ਜੂ ਆਹੋ ਇਹ ਤਾਂ ਗੱਲ ਹੈ ਹੈਨਾ ਲੱਗੇ ਆ ਗਏ ਨਾ ਮਰੋ ਨਾ ਮਰੋ ਇਹੋ ਚੱਲ ਗਿਆ ਨਹੀਂ ਆਹ ਆਹ ਤੇ ਇੱਥੇ ਹੀ ਆ ਇੱਥੇ ਹੀ ਆ ਉਹ ਕੋਈ ਕਾਲ ਕੂਲ ਸੋ ਇਹ ਜਿਹੜਾ ਮਾਮਲਾ ਆ ਕੁੜੀ ਦਾ ਆਟੋ ਆ ਇਹਨਾਂ ਦਾ ਵੀਰ ਮਸਲਾ ਕੀ ਆ ਗੱਲ ਹੈਲੋ ਕੀ ਮਸਲਾ ਕੀ ਆ ਕੋਈ ਗੱਲ ਤਾਂ ਦੱਸੋ ਸਾਨੂੰ ਭਾਜੀ ਇਹ ਕੁੜੀ ਸਵੇਰ ਦੀ ਲੈ ਕੇ ਭੱਜਾ ਆ ਸਾਡੀ ਹੈ ਹਾਂ ਇਹਨੂੰ ਸਵੇਰ ਦੇ ਲੱਭਣ ਡਏ ਆ ਅੱਛਾ ਇਹ ਸਵੇਰ ਦਾ ਸਾਨੂੰ ਲੱਭਣ ਨਹੀਂ ਰਿਹਾ ਹੈ ਉਹਨੇ ਭਾਜੀ ਉਹਨੇ ਆ ਜਾ ਕੇ ਤੇ ਸਾਡੇ ਨੂੰ ਗੱਡੀ ਨਹੀਂ ਹੁਣ ਤੁਸੀਂ ਕਿੱਥੇ ਲੈ ਕੇ ਚੱਲੇ ਹਸਪਤਾਲ ਭਾਜੀ ਇੱਥੇ ਸੁਣਾ ਤੂੰ ਲੈ ਜਾ ਸਾਰੇ ਭਾਜੀ ਮੈਂ ਚੱਲਣਾ ਉਹ ਗੋਰੇ ਓਏ ਆ ਕੁੜੀ ਨੂੰ ਘਰ ਛੱਡ ਗਿਆ ਅਰੇ ਇੰਨੀ ਗਰਮੀ ਕੱਤ ਤੋਂ ਆਈ ਕੌਣ ਆ ਦੇਖੀ ਵੀ ਨਾ ਚੱਲ ਤੂੰ ਗੋਰੇ ਘਰ ਚੱਲ ਬੈਠ ਮੋਟਰ ਤੇ ਨੰਬਰ ਹੈ ਬੀਬੀ 08 ਡੀ ਜੀ 83 68 ਕਾਲੇ ਸੰਗਿਆ ਤੋਂ ਹੀ ਆ ਪਰ ਮਸਲਾ ਜ਼ਿਆਦਾ ਔਰਾ ਹੋ ਗਿਆ ਆ ਕੁੜੀ ਤਾਂ ਮੁੰਡੇ ਨੂੰ ਫੜਨ ਦੇ ਤਾਂ ਨਹੀਂ ਕੁੜੀ ਤਾਂ ਕਹਿੰਦੇ ਹਸਪੀਟਲ ਲੈ ਕੇ ਚੱਲੇ ਆ ਹੁਣ ਪਤਾ ਨੀ ਕਿੱਥੇ ਲੈ ਕੇ ਚੱਲੇ ਆ ਪਰ ਮਾਮਲਾ ਔਰ ਆਇਆ ਇਹ ਕੀਤਾ ਆ ਕਿ ਤੁਸੀਂ ਦੇਖਿਆ ਕਿਸੇ ਨੇ ਕੁੱਟ ਦੇ ਨਹੀਂ ਕਿਸੇ ਨੇ ਕਿਸੇ ਨੇ ਇਹਨੂੰ ਹੀ ਕੁੱਟਿਆ ਆਹ ਹੀ ਕੁੱਟ ਕੇ ਆਪ ਹੀ ਰੱਖ ਲੱਗਿਆ ਗੱਡੀ ਉਹਦੇ ਵਿੱਚ ਸੋ ਕਾਲਾ ਸੰਗਿਆ ਇਸ ਵੇਲੇ ਖੜੇ ਆ ਆਪਾਂ ਜਲੰਧਰ ਤੋਂ ਜਿਹੜਾ ਫਿਰੋਜ਼ਪੁਰ ਰੋਡ ਹੈ ਇਹ ਇਸ ਰੋਡ ਦੇ ਉੱਪਰ ਦੀ ਇਹ ਜਿਹੜੀ ਘਟਨਾ ਆ ਉਹਨਾਂ ਦਾ ਕਹਿਣ ਆ ਕਿ ਸਾਡੀ ਕੁੜੀ ਨੂੰ ਲੈ ਕੇ ਇਹ ਜਿਹੜਾ ਬੰਦਾ ਆ ਇਹ ਜਿਹੜਾ ਮੁੰਡਾ ਆ ਇਹ ਸਵੇਰ ਦਾ ਲੈ ਕੇ ਸਾਡੀ ਕੁੜੀ ਨੂੰ ਭੱਜਿਆ ਸੀਗਾ ਅਤੇ ਕੁੜੀ ਵੀ ਨਾਲ ਆ ਕੁੜੀ ਨੂੰ ਵੀ ਚੰਗਾ ਕੁੱਟਿਆ ਔਰ ਉਹ ਬੰਦੇ ਦੇ ਇਸ ਵੀਡੀਓ ਦੇ ਵਿੱਚ ਤੁਸੀਂ ਸਹਿ ਸੁਣਿਆ ਹੋਊਗਾ ਵੀ ਤੈਨੂੰ ਵੀ ਜਾ ਕੇ ਟੰਗਣਾ ਪਤਾ ਨਹੀਂ ਹੁਣ ਟੰਗਣਾ ਕਿ ਨਹੀਂ ਟੰਗਣਾ ਕੀ ਕਰਨਾ ਇਹ ਹੁਣ ਮੌਕਾ ਦੱਸੂਗਾ ਪਰ ਸ਼ਰੇਆਮ ਰੋਡ ਦੇ ਉੱਤੇ ਇਸ ਤਰ੍ਹਾਂ ਕਿਸੇ ਦਾ ਸਿਰ ਪਾੜ ਦੇਣਾ ਮਾਰ ਦੇਣਾ ਪਤਾ ਨਹੀਂ ਹੁਣ ਉਹਦੀ ਜਾਨ ਬਚੂਗੀ ਨਹੀਂ ਬਚੂਗੀ ਬਹੁਤ ਜ਼ਿਆਦੀਆਂ ਸੱਟਾਂ ਸਿਰ 'ਚ ਚੰਗਾ ਬਲੱਡ ਸੀਗਾ ਅਤੇ ਕਾਫੀ ਲੰਬੇ ਸਮੇਂ ਤੋਂ ਉਹ ਸੜਕ 'ਚ ਪਿਆ ਸੀ ਲੋਕਾਂ ਦੇ ਕਹਿਣ 'ਤੇ ਰੌਲਾ ਪਾਉਣ 'ਤੇ ਉਹਨਾਂ ਨੇ ਆਪਦੇ ਆਟੋ ਦੇ ਵਿੱਚ ਰੱਖਿਆ ਮਸਲਾ ਕੀ ਆ ਹੁਣ ਇਹ ਤਾਂ ਪਤਾ ਲੱਗੂਗਾ ਬਾਅਦ 'ਚ ਪਰ ਗੱਲਬਾਤ ਇਹ ਹੋਈ ਆ ਜਿਨ੍ਹਾਂ ਨੇ ਦੇਖਿਆ ਉਹ ਕਹਿੰਦੇ ਆ ਵੀ ਉੱਧਰੋਂ ਕੁੱਟਦੇ ਲੈ ਕੇ ਆਏ ਇੱਧਰ ਨੂੰ ਅਤੇ ਕਾਲਾ ਸੰਗਿਆ ਦਾ ਹੀ ਲੋਕਲ ਹੀ ਦੱਸਦੇ ਆ ਉਹ ਹੈਗਾ ਬੰਦਾ ਜਿਹਨੇ ਇਹ ਉਹਦੇ ਮਾਰੀਆਂ ਨੇ ਸੱਟਾਂ ਸੋ ਦੇਖੋ ਕਿੱਦਾਂ ਨਿਬੜਦੀ ਆ ਪ੍ਰਸ਼ਾਸਨ ਨੂੰ ਰਿਕੁਐਸਟ ਕਰਾਂਗੇ ਕਿ ਸਾਰੇ ਮਾਮਲੇ ਨੂੰ ਸਹੀ ਤਰੀਕੇ ਨਾਲ ਸੁਲਝਾਉਣ ਦੀ ਕੋਸ਼ਿਸ਼ ਕਰਨ ਕਿਸ ਤਰੀਕੇ ਦੇ ਨਾਲ ਇਹ ਸਾਰਾ ਮਸਲਾ ਹੱਲ ਕਰੋ
क्योंकि जे कुड़ी बालक है ता वो अपने हक के नाल जा भी सकती है। हुण ये नहीं पता कुड़ी की एज की सी मतलब की सी वो सारा हुण समा दसूगा। तो बहुत बहुत धन्यवाद वीडियो देखने लई ते पंजाब ऑनलाइन चैनल दे नाल बने रहने लई मेहरबानी।